ਲਗਾਤਾਰ ਭਾਰੀ ਮੀਂਹ ਪੈਣ ਦੇ ਕਰਕੇ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਖਾਸ ਕਰਕੇ ਰੋਪੜ ਦੇ ਇਲਾਕੇ ਵਿੱਚ ਤਾਂ ਰੇਲਵੇ ਸੇਵਾਵਾਂ ਵੀ ਬੰਦ ਹੋ ਗਈਆਂ ਨੇ। ਰੋਪੜ ਦੇ ਡੀਸੀ ਸਾਹਿਬ ਨੇ ਕੀ ਫੈਸਲਾ ਲਿਆ ਔਰ ਲੋਕਾਂ ਨੂੰ ਕੀ ਅਪੀਲ ਕੀਤੀ ਇਹ ਵੀ ਦੱਸਾਂਗੇ ਔਰ ਪੰਜਾਬ ਪੱਧਰ ਦੇ ਉੱਤੇ ਔਰ ਨਾਲ ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਕਿੰਨੀ ਬਾਰਿਸ਼ ਪਈ ਹੈ ਔਰ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ 'ਚ ਕੀ ਹਾਲਾਤ ਪਣ ਚੁੱਕੇ ਨੇ ਇੱਥੋਂ ਤੱਕ ਹਾਲਾਤ ਹੋ ਚੁੱਕੇ ਨੇ ਨਾਜ਼ੁਕ ਕਿ ਜਿਹੜੇ ਕਾਰਨ ਨੇ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਕੋਈ ਜ਼ਿਆਦਾ ਇੰਨੇ ਠੁਕਵੇਂ ਪ੍ਰਬੰਧ ਨਹੀਂ ਉਹਨਾਂ ਨੂੰ ਬਹੁਤ ਜ਼ਿਆਦਾ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਸੜਕਾਂ ਦੇ ਉੱਤੇ ਜਿਹੜੀ ਆਵਾਜ਼ਾਈ ਹੈ ਉਹ ਵੀ ਲਗਾਤਾਰ ਠੱਪ ਹੋ ਰਹੀ ਹੈ ਕਈ ਥਾਵਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਔਰ ਕਈ ਥਾਵਾਂ ਦੇ ਉੱਤੇ ਜਿਹੜਾ ਢਹਿ ਢੇਰੀ ਵੀ ਮਕਾਨ ਹੋਣ ਲੱਗੇ ਨੇ ਔਰ ਜਿੱਥੋਂ ਤੱਕ ਰਹੀ ਗੱਲ ਰੋਪੜ ਇਲਾਕੇ ਦੀ ਤਾਂ ਉੱਥੋਂ ਦਾ ਕੀ ਹਾਲਾਤ ਨੇ ਕਿਉਂਕਿ ਸਤਲੁਜ ਦਰਿਆ ਦੇ ਕੰਢੇ ਤੇ ਪੈਂਦੇ ਜਿਹੜੇ ਹੋਰ ਨਾਲੇ ਨੇ ਨਦੀਆਂ ਨੇ ਉੱਥੇ ਵੀ ਜਾਣ ਤੋਂ ਮਨਾਈ ਕਰ ਦਿੱਤੀ ਗਈ ਹੈ ਰੇਲਵੇ ਸਬਾਵਾਂ ਵੀ ਕਈ ਥਾਵਾਂ ਦੇ ਉੱਤੇ ਠੱਪ ਕਰ ਦਿੱਤੀਆਂ ਗਈਆਂ ਨੇ ਔਰ ਪੂਰੀ ਜਾਣਕਾਰੀ ਦਿੰਨੇ ਆ ਔਰ ਮੀਂਹ ਆ ਜਿਹੜਾ ਚੰਡੀਗੜ੍ਹ ਵਿੱਚ ਖਾਸ ਕਰਕੇ 322 ਐਮ ਐਮ ਤੱਕ ਦਰਜ ਕੀਤਾ ਗਿਆ 24 ਘੰਟੇ ਤੋਂ ਵੱਧ ਲਗਾਤਾਰ ਮੀਂਹ ਪੈਣ ਦੇ ਕਰਕੇ ਕਈ ਚੀਜ਼ਾਂ ਦੇ ਉੱਤੇ ਪ੍ਰਭਾਵ ਪਿਆ ਔਰ ਜਿੱਥੇ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਾ ਪੰਜਾਬ ਦੇ ਵਿੱਚ ਮੀਂਹ ਦੇ ਕਰਕੇ ਪ੍ਰਸ਼ਾਸਨ ਨੂੰ ਹਾਈ ਅਲਰਟ ਜਾਰੀ ਕਰਨਾ ਹੀ ਪੈਣਾ ਸੀ ਇਹ ਸੁਭਾਵਕ ਸੀ ਇਸੇ ਕਰਕੇ ਕਈ ਥਾਵਾਂ ਦੇ ਉੱਤੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਮੁਹਾਲੀ ਦੇ ਵਿੱਚ ਤਾਂ ਇਹ ਹਾਲਾਤ ਬਣੇ ਨੇ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਜਿਹੜੀਆਂ ਉਹ ਵੀ ਪਹੁੰਚ ਚੁੱਕੀਆਂ ਨੇ ਔਰ ਰੈਸਕਿਊ ਆਪਰੇਸ਼ਨ ਵੀ ਚਲਾ ਰਹੀਆਂ ਨੇ ਜਿੱਥੇ-ਜਿੱਥੇ ਲੋੜ ਹੈ ਫਿਰੋਜ਼ਪੁਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਾਰਡਰ ਵੀ ਪਾਰ ਕਰ ਗਿਆ ਕਿਉਂਕਿ ਜਿਹੜਾ ਸਰਹੱਦੀ ਇਲਾਕਾ ਹੈ ਜਿਸ ਪਾਸੇ ਨਿਵਾਣ ਹੁੰਦੀ ਹੈ ਕੁਦਰਤੀ ਗੱਲ ਹੈ ਕਿ ਪਾਣੀ ਉਸ ਪਾਸੇ ਜਾਵੇਗਾ ਫਿਰੋਜ਼ਪੁਰ ਦਾ ਕੁਝ ਇਲਾਕਾ ਇਹ ਹੈ ਜਿੱਥੇ ਦਰਿਆ ਬਾਰਡਰ ਦੇ ਵਿੱਚ ਥੋੜਾ ਪਾਕਿਸਤਾਨ ਵਾਲੇ ਪਾਸੇ ਲਹਿੰਦੇ ਪੰਜਾਬ ਵਾਲੇ ਪਾਸੇ ਤੇ ਕੁਝ ਚੜ੍ਹਦੇ ਪੰਜਾਬ ਵਾਲੇ ਪਾਸੇ ਹੈ ਤੇ ਪਾਣੀ ਇਸ ਪਾਸੇ ਵਹਾ ਇਨ ਹੈ ਕਿ ਬਾਰਡਰ पार ਕਰ ਚੁੱਕਾ ਕਿਉਂਕਿ ਪਾਣੀ ਦੇ ਵਹਾਅ ਦੇ ਹਿਸਾਬ ਦੇ ਨਾਲ ਸੀਐਮ ਨੇ ਵੀ ਸਖਤ ਹਦਾਇਤਾਂ ਦੇ ਦਿੱਤੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਵਿਧਾਇਕਾਂ ਨੂੰ ਤੇ ਅਫਸਰਾਂ ਨੂੰ ਕਿ ਫੀਲਡ ਦੇ ਵਿੱਚ ਹੀ ਰਿਹਾ ਜਾਵੇ ਬੇਸ਼ੱਕ ਭਾਰੀ ਮੀਂਹ ਪੈ ਰਿਹਾ ਹੈ ਪਰ ਆਪਣੀ ਘਰਾਂ ਦੇ ਵਿੱਚ ਚੁੱਪ ਕਰਕੇ ਜਾਂ ਹੱਥ ਤੇ ਆ ਧਰ ਕੇ ਨਾ ਬੈਠਣ ਫੀਲਡ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਨ ਕਿਉਂਕਿ ਇਸ ਵਕਤ ਔਖੇ ਸਮੇਂ ਦੇ ਵਿੱਚ ਲੋਕਾਂ ਨੂੰ ਲੋਡ ਹੁੰਦੀ ਹੈ ਬੀਤੇ ਕੱਲ ਤੋਂ ਲੈ ਕੇ ਹੁਣ ਤੱਕ ਜਦੋਂ ਤੱਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਦੋਂ ਤੋਂ ਲੈ ਕੇ ਲਗਾਤਾਰ ਮਹੀਆ ਜਿਹੜਾ ਉਹ ਪੈਂਦਾ ਦਿਖਾਈ ਦੇ ਰਿਹਾ ਹੈ ਕਈ ਥਾਵਾਂ ਦੇ ਉੱਤੇ ਕੁਝ ਕਲਾਕੇ ਹੋਣਗੇ ਜਿੱਥੇ ਕੁਝ ਸਮੇਂ ਦੇ ਲਈ ਕੁਝ ਘੰਟਿਆਂ ਦੇ ਲਈ ਮੀਂਹ ਰੁਕਿਆ ਹੋਵੇ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਇਹ ਮੀਂਹ ਪੈਂਦਾ ਦਿਖਾਈ ਦੇ ਰਿਹਾ ਹੈ ਜਿੱਥੋਂ ਤੱਕ ਰਹੀ ਗੱਲ ਫਲੱਡ ਗੇਟ ਦੀ ਕਈ ਥਾਵਾਂ ਦੇ ਉੱਤੇ ਫਲੱਡ ਗੇਟ ਨੇ ਜਿਵੇਂ ਕਿ ਸੁਖਣਾ ਲੇਕ ਦੇ ਨਾਲ ਪੈਂਦਾ ਜਿਹੜਾ ਫਲੱਡ ਗੇਟ ਹੈ ਉਹ ਵੀ ਖੋਲ ਦਿੱਤਾ ਗਿਆ ਤੇ ਜਿਹੜੀ ਡੱਡੂ ਮਾਜਰਾ ਦੀ ਕਲੋਨੀ ਹੈ ਜਿਹੜੀ ਡੰਪਿੰਗ ਗਰਾਊਂਡ ਹੈ ਉਸ ਦੇ ਨਾਲ ਜਿਹੜੀ ਦੀਵਾਰ ਬਣਾਈ ਗਈ ਸੀ ਤਾਜੀ-ਤਾਜੀ ਹਾਲੇ ਬਹੁਤੇ ਸਮਾਂ ਵੀ ਨਹੀਂ ਹੋਇਆ ਉਹ ਵੀ ਡਿੱਗ ਚੁੱਕੀ ਹੈ ਤੇ ਜਿਸ ਕਰਕੇ ਉਹ ਦੀਵਾਰ ਡਿੱਗਣ ਦੇ ਨਾਲ ਵੀ ਜਿਹੜਾ ਪਾਣੀ ਦਾ ਵਹਾਫੇ ਰੋਸ ਪਾਸੇ ਨੂੰ ਹੋ ਗਿਆ ਹੈ ਲੋਕਾਂ ਦੇ ਘਰਾਂ ਦੇ ਵੱਲੋਂ ਪਾਣੀ ਐਂਟਰ ਹੋ ਚੁੱਕਾ ਹੈ ਇਹ ਸਾਰੀਆਂ ਥਾਵਾਂ ਤੋਂ ਜਾਣਕਾਰੀ ਸਾਂਝੀ ਕਰਨੀ ਹੈ ਤੁਹਾਡੇ ਨਾਲ ਕੈਬਨਿਟ ਮੰਤਰੀ ਤੇ ਡੀਸੀ ਜਿਹੜੇ ਨੇ ਉਹ ਕਈ ਥਾਵਾਂ ਦੇ ਉੱਤੇ ਦੌਰੇ ਵੀ ਕਰ ਰਹੇ ਨੇ ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਦੇਵੀਗੜ ਰੋਡ ਰੋਡ ਦੇ ਉੱਤੇ ਪੈਂਦੇ ਪ੍ਰੇਮ ਬਾਗ ਦੀ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਇਹਨਾਂ ਸਾਰੇ ਪਰਿਵਾਰਾਂ ਨੂੰ ਦੇਵੀਗੜ ਰੋਡ ਦੇ ਉੱਤੇ ਪ੍ਰੇਮ ਬਾਗ ਪੈਲੈਸ ਦੇ ਵਿੱਚ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰਨ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਔਰ ਜਿੱਥੇ ਹੀ ਵਕ ਵਕ ਥਾਵਾਂ ਦੇ ਉੱਤੇ ਗੱਲ ਕੀਤੀ ਜਾਵੇ ਕਿ 24 ਘੰਟੇ ਤੋਂ ਬਾਅਦ ਮੀਂਹ ਲਗਾਤਾਰ ਪਿਆ ਉੱਥੇ ਰੈੱਡ ਅਲਰਟ ਜਾਰੀ ਕੀਤੇ ਗਏ ਨੇ ਮੁਹਾਲੀ ਦੇ 11 ਫੇਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੰਟਰ ਕਰ ਚੁੱਕਾ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਦੇ ਨਾਲ ਲੱਗਦੀ ਜਿਹੜੀ ਸਿਟੀ ਹੈ ਮੋਹਾਲੀ ਹੈ ਉੱਥੇ ਕੁਝ ਇਲਾਕਾ ਜਿਹੇ ਹੈ ਜਿੱਥੇ ਪੂਰਾ ਪਲਾਨਡ ਕੀਤਾ ਗਿਆ ਚੰਡੀਗੜ੍ਹ ਦੀ ਤਰਜ਼ ਦੇ ਵਾਂਗ ਪਰ ਇਹ ਵੀ ਇਸ ਮੀਂਹ ਦੇ ਅੱਗੇ ਸੰਭਵ ਨਹੀਂ ਹੋ ਸਕਿਆ ਉਹ ਸਾਰੇ ਦੇਸਾਰੇ ਜਿਹੜੇ ਨੇ ਬੰਦੋਬਸਤ ਨੇ ਪ੍ਰਬੰਧ ਨੇ ਉਹ ਤਰੇ ਤਰਾਏ ਦਿਖਾਈ ਦੇ ਰਹੇ ਨੇ ਕਿਉਂਕਿ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਤਾਂ ਇੱਥੇ ਪਾਣੀ ਖੜਨਾ ਸੁਭਾਵਿਕ ਸੀ ਕਿਉਂਕਿ ਕਈ ਥਾਵਾਂ ਦੇ ਉੱਤੇ ਸੀਵਰ ਦੀਆਂ ਜਿਮੀਆਂ ਪਾਈਪਾਂ ਨੇ ਉਹ ਵੀ ਬਲੌਕ ਹੋ ਚੁੱਕੀਆਂ ਨੇ ਪਰ ਉੱਥੇ ਹੀ ਜਦੋਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਿਆ ਤੇ ਉਸ ਦੇ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਇੱਥੇ ਹੁਣ ਤੁਹਾਡੇ ਨਾਲ ਇਹ ਵੀ ਦੱਸ ਦਈਏ ਕਿ ਜਿਹੜੇ ਪੰਜਾਬ ਦੇ ਕਿਹੜੇ 6 ਇਲਾਕੇ ਨੇ ਜਿੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਲੁਧਿਆਣਾ ਜਲੰਧਰ ਸਮੇਤ 6 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਹੈ ਫਾਜ਼ਿਲਕਾ ਦੀ ਵਿੱਚ ਇੱਕ ਨਹਿਰ ਟੁੱਟੀ ਹੈ ਜਿਸ ਦੇ ਕਰਕੇ ਖੇਤਾਂ ਦੇ ਵਿੱਚ ਪਾਣੀ ਵੜ ਚੁੱਕਾ ਝੋਨੇ ਦੀ ਫਸਲ ਜਿਹੜੀ ਆ ਉਹ ਪੂਰੀ ਤਰ੍ਹਾਂ ਤਬਾਹੀ ਦੇ ਕੰਢੇ ਖੜੀ ਆ ਲਗਾਤਾਰ ਮੌਸਮ ਵਿਭਾਗ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਪੰਜਾਬ ਦੇ ਵਿੱਚ ਮੌਨਸੂਨ ਦਾ ਪੂਰਾ ਜੋਰ ਇਸ ਕਰਕੇ ਦਿਖ ਰਿਹਾ ਕਿਉਂਕਿ ਦੇਖ ਰਹੇ ਆ ਕਿ ਕੱਲ ਤੋਂ ਲੈ ਕੇ ਹੁਣ ਤੱਕ ਜੋ ਕੁਝ ਹੋਇਆ 6 ਇਲਾਕੇ ਨੇ ਜਿਹੜੇ ਰੈੱਡ ਅਲਰਟ ਜਾਰੀ ਕੀਤਾ ਗਿਆ ਤੇਜ਼ ਬਾਰਿਸ਼ ਤੇ ਜਿਹੜਾ ਹਵਾ ਦਾ ਵਹਾਅ ਹੈ ਉਹ ਵੀ ਲਗਾਤਾਰ ਵਧਦਾ ਜਾ ਰਿਹਾ 60 ਕਿਲੋਮੀਟਰ ਟਵਿਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ ਰਾਜਪੂਰਾ ਡੇਰਾ ਬੱਸੀ ਫਤਿਹਗੜ੍ਹ ਸਾਹਿਬ ਮੁਹਾਲੀ ਬੱਸੀ ਪਠਾਨਾ ਤੇ ਖਰੜ ਇਹਨਾਂ ਦੇ ਵਿੱਚ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਦੱਸਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੀ ਹਾਲਾਤ ਤਾਂ ਨਾਜ਼ੁਕੀ ਬਣੇ ਹੋਏ ਨੇ ਪਰ ਜਿਹੜੇ ਇਹ 6 ਇਲਾਕੇ ਨੇ ਖਾਸ ਕਰਕੇ ਰਾਜਪੂਰਾ ਡੇਰਾ ਬੱਸੀ ਫਤਿਹਗੜ੍ਹ ਸਾਹਿਬ ਮੁਹਾਲੀ ਬੱਸੀ ਪਠਾਨਾ ਤੇ ਖਰੜ ਇਹ ਸਾਰੇ ਇਲਾਕੇ ਚੰਡੀਗੜ੍ਹ ਦੇ ਨਾਲ ਪੈਂਦੇ ਨੇ ਇੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ येलो ਜ਼ੋਨ ਦੇ ਵਿੱਚ ਵੀ ਕਈ ਕੁਝ ਇਲਾਕੇ ਰੱਖੇ ਗਏ ਨੇ ਔਰ オレンジ ਅਲਰਟ ਦੇ ਵਿੱਚ ਜਿਹੜੇ 6 ਜ਼ਿਲ੍ਹੇ ਰੱਖੇ ਗਏ ਨੇ ਉਸ ਦੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉੱਥੇ 40 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਰਫ਼ਤਾਰ ਦੇ ਨਾਲ ਹਵਾਵਾਂ ਚਲਦੀਆਂ ਦਿਖਾਈ ਦੇ ਰਹੀਆਂ ਨੇ ਲੁਧਿਆਣਾ ਚਮਕੌਰ ਸਾਹਿਬ ਸਮਰਾਲਾ ਬਲਾਚੌਰ ਫਲੌਰ ਨਕੋਦਰ ਫਗਵਾੜਾ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਬਾਬਾ ਬਕਾਲਾ ਤੇ ਅੰਮ੍ਰਿਤਸਰ ਸਾਹਿਬ ਦਾ ਵੀ ਕੁਝ ਇਲਾਕਾ ਤੇ ਬਟਾਲਾ, ਭਲੱਥ ਹਲਕਾ, ਦਸੂਹਾ, ਮੁਕੇਰੀਆਂ, ਗੁਰਦਾਸਪੁਰ ਇੱਥੇ ਅਲਰਟ ਆ ਜਿਹੜਾ ਉਹ ਔਰੇਂਜ ਅਲਰਟ ਵਾਲੇ ਇਲਾਕੇ ਨੇ ਜਿਹੜੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਉੱਥੇ ਹੀ ਬਡਲਾੜਾ, ਪਟਿਆਲਾ, ਰਾਜਪੂਰਾ, ਖੰਨਾ ਇਸੇ ਤਰ੍ਹਾਂ ਖੜੜ ਦਾ ਕੁਝ ਇਲਾਕਾ, ਖਮਾਣੋ, ਰੂਪਨਗਰ, ਬਲਾਚੌਰ, ਸ਼ਾਹਕੋਟ, ਸultanpur Lodi, ਖਡੂਰ ਸਾਹਿਬ, ਰਾਏਕੋਟ, ਜਗਰਾਓਂ, ਅਨੰਦਪੁਰ ਸਾਹਿਬ, ਗੜਸ਼ੰਕਰ ਨੰਗਲ ਤੇ ਪਠਾਨਕੋਟ ਦੇ ਵਿੱਚ yellow alert ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਇੱਥੇ ਜਿਹੜੀਆਂ ਹਵਾਵਾਂ ਨੇ ਉਹ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਰਹੀਆਂ ਨੇ ਇਹ ਜਿਹੜੀ ਜਾਣਕਾਰੀ ਹੈ ਅੰਕੜਿਆਂ ਦੇ ਮੁਤਾਬਕ ਜਿਹੜੇ ਜ਼ੋਨ ਦੇ ਵਿੱਚ ਵੰਡਿਆ ਗਿਆ ਇਲਾਕਾ ਜਿੱਥੇ ਜਿੱਥੇ red alert ਹੈ ਜਿੱਥੇ orange alert ਹੈ yellow alert ਹੈ ਉਹ ਮੌਸਮ ਵਿਭਾਗ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕਿੱਥੇ ਕੀ ਰਹਿ ਸਕਦਾ ਹੁਣ ਦੱਸਦੀ ਹੈ ਕਿ ਕਿੱਥੇ ਕਿੰਨਾ ਮੀਂਹ ਪਿਆ ਪਿਛਲੇ ਦਿਨ ਦੇ ਵਿੱਚ ਮੌਸਮ ਵਿਭਾਗ ਨੇ ਪੂਰੇ ਪੰਜਾਬ ਦੇ ਵਿੱਚ بارش ਦੀ ਸੰਭਾਵਨਾ ਲਗਾਤਾਰ ਜਿਤਾਈ ਹੋਈ ਸੀ ਉਹੀ ਹੈ ਕਿ ਸਾਰਾ ਨਤੀਜਾ ਸਾਹਮਣੇ ਆਇਆ ਜਿਹੜੇ ਜ਼ਿਆਦਾਤਰ ਇਲਾਕੇ ਨੇ ਉੱਥੇ ਮੀਂਹ ਆ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਕਈ ਬੰਦੋਬਸਤ ਖਰਾਬ ਹੋਏ ਨੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ 300 ਤੋਂ ਵੱਧ ਐਮ ਐਮ ਦੀ بارش ਦਾ ਦਰਜ ਹੁਣ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਉੱਥੇ ਹੀ ਜੇਕਰ ਗੱਲ ਕਰੀਏ ਮੁਹਾਲੀ ਦੀ ਤਾਂ 268 ਐਮ ਐਮ ਤੱਕ ਦੀ بارش ਦਾ ਰਿਕਾਰਡ ਦਰਜ ਕੀਤਾ ਗਿਆ ਰੋਪੜ ਦੇ ਵਿੱਚ 236 ਐਮ ਐਮ ਗੁਰਦਾਸਪੁਰ ਚ 141 ਐਮ ਐਮ ਬਠਿੰਡਾ ਦੇ ਵਿੱਚ 151 ਐਮ ਐਮ ਫਿਰੋਜ਼ਪੁਰ ਦੇ ਵਿੱਚ 111 ਐਮ ਐਮ ਤੇ ਫਤਿਹਗੜ ਸਾਹਿਬ ਚ 103 ਐਮ ਐਮ ਤੱਕ ਦੀ ਰਿਕਾਰਡ ਆ ਜਿਹੜਾ ਦਰਜ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦਾ ਜਿਹੜਾ ਤਾਪਮਾਨ ਹੈ ਉਹ 2 ਡਿਗਰੀ ਹੋਰ ਜ਼ਿਆਦਾ ਘਟ ਗਿਆ ਯਾਨੀ ਕਿ ਪਹਿਲਾਂ ਜਿੱਥੇ 38 ਡਿਗਰੀ ਤੱਕ ਸੈਲਸੀਅਸ ਤੱਕ ਪਹੁੰਚਿਆ ਸੀ ਉੱਥੇ 36 ਔਰ 36 ਤੋਂ 34 ਔਰ 34 ਤੋਂ 32 ਤੱਕ ਵੀ ਆਇਆ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਘੱਟੋ-ਘੱਟ ਤਾਪਮਾਨ ਹੈ ਉਹ 23 ਡਿਗਰੀ ਤੱਕ ਵੀ ਚਲਾ ਗਿਆ ਸੀ ਔਰ 2 ਡਿਗਰੀ ਉਸੇ ਤਰ੍ਹਾਂ ਉਸ ਦੇ ਵਿੱਚ ਵੀ ਜਿਹੜੀ ਹੈ ਗਰਾਵਟ ਪਾਈ ਗਈ ਹੈ ਉੱਥੇ ਹੀ ਬੀਤੇ ਦਿਨ ਦੇ ਵਿੱਚ 20.8 ਐਮ ਐਮ ਬਾਰਿਸ਼ ਅੰਮ੍ਰਿਤਸਰ ਦੇ ਵਿੱਚ ਦਰਜ ਕੀਤੀ ਗਈ ਹੈ ਔਰ ਘੱਟੋ-ਘੱਟ ਤਾਪਮਾਨ ਜਿਹੜਾ 26 ਡਿਗਰੀ ਸੈਲਸੀਅਸ ਤੱਕ ਪਾਇਆ ਗਿਆ ਉੱਥੇ ਜਲੰਧਰ ਦੀ ਗੱਲ ਕਰੀਏ ਤਾਂ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਹੈ 10 ਐਮ ਐਮ ਤੱਕ ਦੀ ਰਿਕਾਰਡ ਆ ਜਿਹੜਾ ਦਰਜ ਕੀਤਾ ਗਿਆ ਲੁਧਿਆਣਾ ਸ਼ਹਿਰ ਦਾ ਜਿਹੜਾ ਘੱਟੋ-ਘੱਟ ਤਾਪਮਾਨ ਉਹ 24 ਡਿ ਦਰਜ ਕੀਤਾ ਗਿਆ 2 ਡਿਗਰੀ ਜਿਹੜਾ ਉਸ ਦੇ ਵਿੱਚ ਆਮਾਨ ਦੇ ਵਿੱਚ ਗਰਾਵਟ ਆਈ ਹੈ ਜਿੱਥੇ ਗੱਲ ਕਰੀਏ ਲੁਧਿਆਣਾ ਦੇ ਵਿੱਚ ਪਏ ਮੀਂਹ ਦੀ ਤੇ ਉੱਥੇ 55.9 ਐਮਐਮ بارش ਦਰਜ ਕੀਤੀ ਗਈ ਹੈ ਤੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕੁੱਲ ਮਿਲਾ ਕੇ 26 ਡਿਗਰੀ ਤੱਕ ਰਹਿਣ ਦੀ ਜਿਹੜੀ ਸੰਭਾਵਨਾ ਹੈ ਉਹ તાਪਮਾਨ ਦੀ ਬਣੀ ਹੋਈ ਹੈ ਕਈ ਥਾਵਾਂ ਦੇ ਉੱਤੇ ਤਾਨੂੰ ਦੱਸਿਆ ਪੂਰੀ ਜਾਣਕਾਰੀ ਜਿੰਨੀ ਕੁ ਸਾਡੇ ਤੱਕ ਆਈ ਹੈ ਪਰ ਹਾਲਾਤ ਬੜੇ ਨਾਜ਼ੁਕ ਪਣੇ ਹੋਏ ਨੇ ਔਰ ਇੱਕ ਅਦੋ ਤੱਕ ਮੀਂਹ ਪਵੇਗਾ ਇਸਤੇ ਬਾਰੇ ਮੌਸਮ ਭਾਗ ਨੇ ਹਾਲੇ ਵੀ ਚੇਤਾਵਨੀ ਦਿੱਤੀ ਹੋਈ ਹੈ ਕਿ ਇਹ ਨਹੀਂ ਰੁਕੇਗਾ ਔਰ ਖਾਸ ਕਰਕੇ ਦਰਿਆਵਾਂ ਨਾਲਿਆਂ ਦੇ ਵਿੱਚ ਜਿਹੜਾ ਪਾਣੀ ਦਾ ਵਹਾਅ ਹੋਰ ਤੇਜ਼ ਹੋਵੇਗਾ ਔਰ ਉਸਦਾ ਪੱਧਰ ਵੀ ਉੱਚਾ ਹੋਵੇਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਈ ਖੇਤਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਇਹ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਔਰ ਕਈ ਥਾਵਾਂ ਦੇ ਉੱਤੇ ਨੁਕਸਾਨ ਹੋ ਵੀ ਚੁੱਕਾ ਹੈ ਔਰ ਤੁਸੀਂ ਘਰਾਂ ਚੋਂ ਬਾਹਰ ਦੀ ਨਿਕਲ ਰਹੇ ਹੋ ਤਾਂ ਪਹਿਲਾਂ ਪੂਰੀ ਜਾਣਕਾਰੀ ਲਾਓ ਉਸ ਤੋਂ ਬਾਅਦ ਹੀ ਆਪਣੇ ਹਿਸਾਬ ਦੇ ਨਾਲ ਜਿਹੜੇ ਥਾਂ ਤੇ ਟਿਕਾਣੇ ਤੇ ਐਮਰਜੈਂਸੀ ਲਈ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਫਿਲਹਾਲ ਇਸ ਜਾਣਕਾਰੀ ਚ ਇੰਨਾ ਹੀ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ